ਲਓ ਜੀ ਅਸਲਾਮ ਵਾਲੇਕੁਮ ਜਨਾਬ ਅਤੇ ਜਨਾਬ ਇਹ ਜਾਣ ਅਸੀਂ ਤੁਹਾਨੂੰ ਦਿਖਾਉਂਦੇ ਪਏ ਜੇ ਇਹ ਦੇਖੋ ਤਾਂਦਲਾ ਮੰਡੀ ਦਾ ਜਨਾਬ ਅਸੀਂ ਵਿਜ਼ਿਟ ਕਰ ਰਹੇ ਜੇ ਅਤੇ ਤਾਂਦਲਾ ਮੰਡੀ ਦੇ ਵਿੱਚ ਇਹ ਜਾਨਵਰ ਹੈਗਾ ਜੇ ਮਾਸ਼ਾਅੱਲਾ ਅੱਛੇ ਜਾਨਵਰ ਨੇ ਔਰ ਘੱਟ ਪ੍ਰਾਈਜ਼ ਵਾਲੇ ਜਾਨਵਰ ਨੇ ਲੇਕਿਨ ਇਹ ਹੈਗਾ ਕਿ ਇਹਨਾਂ ਦੇ ਪੈਰ ਸ਼ੈਰ ਜਿਹੜੇ ਨੇ ਜਨਾਬ ਪੈਰ ਸ਼ੈਰ ਖਰਾਬ ਹੈਗੇ ਨੇ ਇਹ ਦੋ ਮਗਰ ਮੰਡੀ ਦੇ ਵਿੱਚ ਖੜ੍ਹੇ ਨੇ ਜਿਹਦੀ ਵਜ੍ਹਾ ਨਾਲ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚੋਂ ਕਈ ਘੋੜੀਆਂ ਜਿਹੜੀਆਂ ਨੇ ਪੈਰ ਜਿਨ੍ਹਾਂ ਦੇ ਖਰਾਬ ਹੋ ਜਾਂਦੇ ਨੇ ਉਹ ਕੀ ਕਰਦੇ ਨੇ ਫਿਰ ਉਹਨੂੰ ਕ੍ਰਾਸ ਕਰਵਾ ਦਿੰਦੇ ਨੇ ਤਾਂ ਕਿ ਜਦੋਂ ਸੂਣ ਵਾਲੇ ਹੋ ਜਾਏਗਾ ਤਾਂ ਇਹਦੇ ਚਾਰ ਆਨੇ ਜਿਹੜੇ ਨਾ ਉਹ ਜਨਾਬ ਵੱਟੇ ਜਾਣਗੇ ਅਤੇ ਲਓ ਜਨਾਬ ਇੱਕ ਛੋਟਾ ਜਿਹਾ ਵਛੇਰਾ ਖੜਾ ਅਤੇ ਵਛੇਰੇ ਦਾ ਇਹ ਵਛੇਰਾ ਜੇ ਕਲਰ ਵੀ ਪਿਆਰਾ ਹੈਗਾ ਆਹ ਵੀਰ ਜੀ ਆਹ ਕਹਿੰਦਾ ਇਹ ਆਹ ਕਹਿੰਦਾ ਜੇ ਯਾਰ ਮਾਸ਼ਾਅੱਲਾ ਅਸਲਾਮ ਵਾਲੇਕੁਮ ਅਤੇ ਪਹਿਲਾਂ ਤਾਂ ਆਪਣਾ ਨਾਂ ਦੱਸੋ ਪਰਵੇਜ਼ ਪਰਵੇਜ਼ ਦੇ ਕਿੰਨੇ ਪੈਸੇ ਨੇ 55,000 ਅਤੇ ਖੀਰਾ ਹੈ ਬੱਚੀ ਹੈ ਖੀਰੀ ਹੈ 55,000 ਰੁਪਈਆ ਠੀਕ ਹੈ ਲਓ ਜੀ 55,000 ਰੁਪਈਆ ਅਤੇ ਉਹ ਵੀ ਤੇਰਾ ਇੱਧਰ ਆ ਫਿਰ ਲਓ ਜਨਾਬ ਇੱਕ ਐ ਖੜੋਤਾ ਜੇ ਅੱਖਾਂ ਵਾਈਟ ਹੈਗੀਆਂ ਨੇ ਇਹਦੀਆਂ ਉਮਰ ਦੁਆ ਕੇ ਅੱਖਾਂ ਵਾਈਟ ਹੈਗੀਆਂ ਤੇ ਵੀਰ ਜੀ ਕਿੰਨੇ ਪੈਸੇ ਦੇ ਜੀ ਜੀ 1,30,000 ਰੁਪਈਆ ਠੀਕ ਹੈ ਨੰਬਰ ਦੱਸੋ ਜੀ ਹਾਂ ਜੀ ਤੇ ਕਿੰਨੇ ਜਾਨਵਰ ਲੈ ਕੇ ਆਏ ਕਿਹੜੀ ਕਿਹੜੀ ਮੰਡੀ ਕਰਨਾ ਅਮੀਨਪੁਰ ਬੰਗਲੇ ਜਾਣਾ ਨਹੀਂ ਜਾਂਦਾ ਜਾਣਾ ਪਿਸ਼ਾਵਰ ਵੀ ਜਾਣਾ ਅੱਛਾ ਇੱਕ ਛੋਟਾ ਜਿਹਾ ਸਵਾਲ ਖਰੀਦਦਾਰੀ ਕਿੱਥੋਂ ਕਰਨਾ ਪਿਸ਼ਾਵਰ ਦੇ ਵਿੱਚ ਤਾਂ ਖਰੀਦਦਾਰੀ ਤਾਂ ਕਾਬਲੀਆਂ ਦੀ ਹੁੰਦੀ ਹੈ ਜਾਨਵਰ ਦੇਸੀ ਕਿੱਥੋਂ ਖਰੀਦਣਾ ਗੁਜਰਾਤ ਤੋਂ ਕੁੰਜਾ ਮੰਡੀ ਤੋਂ ਉੱਥੇ ਤਾਂ ਡੰਗਰ ਹੀ ਬੜੇ ਔਲੇ ਜਿਹੇ ਆਉਂਦੇ ਨੇ ਚੰਗੇ ਚੰਗੇ ਆਉਣ ਲੱਗ ਪਏ ਨੇ ਚਲੋ ਜੀ ਆਉਣ ਲੱਗ ਪਏ ਨੇ ਜੀ ਲਓ ਜਨਾਬ ਮਾਸ਼ਾਅੱਲਾ ਮਜ਼ੀਦ ਆ ਵੇਖੋ ਸਾਰੇ ਦੋਸਤ ਮਾਸ਼ਾਅੱਲਾ ਆਏ ਹੋਏ ਨੇ ਤੇ ਇਹ ਵੇਖੋ ਸਾਰੇ ਕੈਮਰੇ ਦੇ ਸ਼ੌਕੀਨ ਨੇ ਵੀਡੀਓ ਦੇ ਵਿੱਚ ਆਣਗੇ ਤੇ ਇਹ ਲਓ ਜੀ ਸਾਰਿਆਂ ਦੀ ਫੋਟੋ ਬਣਾਤੀ ਜੀ ਲਓ ਜਨਾਬ ਮਾਸ਼ਾਅੱਲਾ ਤੁਸੀਂ ਦੱਸ ਦਿਓ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਜੇ ਦੱਸੋ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਜੀ ਮਾਸ਼ਾਅੱਲਾ ਪਾਕ ਪਤਨ ਕਿਹੜੀ ਜਗ੍ਹਾ ਤੋਂ ਬਾਬਾ ਫਰੀਦ ਦੀ ਨਗਰੀ ਤਾਂ ਬਹੁਤ ਵੱਡੀ ਨਗੀਨਾ ਚੌਕ ਚੋਂ ਆਇਆ ਨਗੀਨਾ ਸੈਲਮੇ ਚੋਂ ਆਇਆ ਜਮਾਲ ਚੌਂਕੋਂ ਆਇਆ ਕਿੱਥੋਂ ਆਇਆ ਨਗੀਨਾ ਚੌਕ ਲਓ ਜੀ ਨਗੀਨਾ ਚੌਕ ਚੋਂ ਆਏ ਨੇ ਜਨਾਬ ਪਾਕ ਪਤਨ ਦੇ ਵਿੱਚੋਂ ਸਾਡੇ ਦੋਸਤ ਤੇ ਲਓ ਜਨਾਬ ਮਾਸ਼ਾਅੱਲਾ ਓਕੇ ਹੋ ਗਿਆ ਜੀ ਲਓ ਜੀ ਮੰਡੀ ਦਾ ਇਨਸ਼ਾਅੱਲਾ ਤੁਹਾਨੂੰ ਵਿਜ਼ਿਟ ਕਰਾਉਣੇ ਔਰ ਸ਼ੌਕੀਨ ਜਿਹੜੇ ਹਜ਼ਰਾਤ ਨੇ ਉਹ ਵੀ ਇਨਸ਼ਾਅੱਲਾ ਤਾਲਾ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਜਾਨਵਰ ਜਿਹੜੇ ਨੇ ਉਹ ਤੁਹਾਨੂੰ ਇਨਸ਼ਾਅੱਲਾ ਤੁਹਾਨੂੰ ਦਿਖਾ ਰਿਹਾ ਜੇ ਤੇ ਥੋੜ੍ਹੇ ਜਿਹੇ ਮਾਠੇ ਜਾਨਵਰ ਜਿਹੜੇ ਨੇ ਕਿਉਂਕਿ ਸ਼ੁਰੂ ਦੇ ਵਿੱਚ ਗੇਟ ਦੇ ਨਾਲ ਨਾਲ ਹੀ ਖਲੋਤੇ ਹੁੰਦੇ ਨੇ ਉਹ ਫਿਰ ਇਹ ਹੁੰਦਾ ਕਿ ਜਿਹੜੇ ਨਾ ਫਿਰ ਉਹ ਕੈਮਰੇ ਦੇ ਵਿੱਚ ਨਾ ਫਿਰ ਉਹ ਆ ਜਾਂਦੇ ਨੇ ਤੇ ਇਸ ਤਰ੍ਹਾਂ ਹੀ ਵੀਡੀਓ ਬਣਾਉਣ ਦਾ ਫਿਰ ਮੈਂ ਅੱਗੇ ਜਿਹੜੇ ਜਾਨਵਰ ਹੁੰਦੇ ਨੇ ਜਨਾਬ ਉਹ ਮੰਡੀ ਦੇ ਵਿੱਚ ਜਿਹੜੇ ਹੁੰਦੇ ਨੇ ਉਹਨਾਂ ਦੇ ਕੋਲ ਵੀ ਮੈਂ ਚਲਾ ਜਾਣਾ ਤੇ ਆ ਦੇਖੋ ਟੁਰਦਾ ਫਿਰਦਾ ਜਨਾਬ ਅਸੀਂ ਖੱਚਰ ਦਾ ਵੀ ਤੁਹਾਨੂੰ ਰੇਟ ਦੱਸ ਹੀ ਦਿੰਦੇ ਹਾਂ 10,000 ਉਮਰ ਕਿੰਨੀ ਹੈ ਜਨਾਬ 5 ਸਾਲ ਲਓ ਜੀ ਖੱਚਰ ਹੈ ਤੇ ਤੁਹਾਨੂੰ ਪਤਾ ਹੈ ਖਾਨਦਾਨ ਦਾ ਘੋੜੇ ਦਾ ਇਹ ਕੋਈ ਹੈ ਤੇ ਲਓ ਜਨਾਬ ਖੱਚਰ ਦੀ ਕੀਮਤ ਵੀ ਸੁਣ ਲਵੋ 1,60,000 ਰੁਪਈਆ ਤੇ 5 ਸਾਲ ਦੀ ਖੱਚਰ ਹੈ ਲੱਗੀ ਹੋਈ ਹੈ ਰੇੜੇ ਰੂੜੇ ਦੇ ਵਿੱਚ ਇੱਟਾਂ ਦੇ ਉੱਤੇ ਲਾਈ ਹੋਈ ਹੈ ਲਓ ਜੀ ਇੱਟਾਂ ਦੇ ਉੱਤੇ ਲਾਈ ਹੋਈ ਹੈ ਜਨਾਬ ਇਹ ਖੱਚਰ ਜੇ ਅਗਰ ਕੋਈ ਸ਼ੱਕਰ ਖੱਚਰ ਦਾ ਸ਼ੌਕੀਨ ਦੇਖਦਾ ਵੀ ਹੋਵੇ ਤਾਂ ਜਨਾਬ ਉਹ ਰਾਬਤਾ ਕਰ ਸਕਦਾ ਨੰਬਰ ਦੱਸੋ ਜੀ ਆਪਦਾ 0306 ਹਾਂਜੀ 535 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
किन्ने पैसे चाहने दे? 2 लाख रुपया लगी हुई है। नंबर दस। हाँ 80-94 ते केड़ी जगह तो वीर आया? आर वाला थाने बाजार चो। अच्छा किपरा पिंड कोई कबूलियो? मुजफ्फराबाद गलियां दे कोले। गलियां दे कोले ते लाओ जनाब माशाल्लाह खच्चर लैके आने जी। फरोख्त वास्ते लियांदी जी? अल्लाह पाक तुहाडी जी वेचे अच्छे थी अहीं थोड़े जगह कराया जी। लै वीर जी आर वाले तो आए ने जानवर अपने सेल करने वास्ते। अगर तुहाडे कोल वी कोई जानवर ते अगर सेल करना चाहते जी तो जनाब तुसीं मंडी दे उत्ते आ सकदे जी और इस तरह ही टुर फिर के जनाब तुहाडा जानवर सेल हो जाएगा क्योंकि आप देखो काफी दोस्त जेडे ने अगर सेल करने वास्ते तो लोग आंदे ने तो लोग खरीदने वास्ते भी आंदे ने। की नाम है तेरा? ए बहुत कैमरे ते अगे आंदा पिया। की नाम है?
ਕੀ ਨਾ ਹੈ ਚਲੋ ਹੁਣ ਜਦੋਂ ਮੈਂ ਤੇ ਤੂੰ ਭੱਜ ਪੈ ਲਓ ਜੀ ਸਾਡਾ ਤਾਂ ਫਰਜ਼ ਬਣਦਾ ਸੀ ਮੈਂ ਕਿ ਜਾਣਨਾ ਚਾਹੁੰਦਾ ਆ ਜਾਵੇ ਲਓ ਜਨਾਬ ਮਾਸ਼ਾਅੱਲਾ ਵੀਡੀਓ ਦੀ ਤਰਫ ਅਸੀਂ ਦੂਜੀ ਦੁਬਾਰਾ ਆਪਣੀ ਦੀ ਤਰਫ ਆਉਂਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਪਏ ਕਿ ਜਾਨਵਰ ਜਿਹੜੇ ਦੋਸਤ ਇੱਥੇ ਲੈ ਕੇ ਆਏ ਨੇ ਥੋੜ੍ਹੇ ਪੈਸਿਆਂ ਦੇ ਲੋਅ ਕੈਟਾਗਰੀ ਦੇ ਜਿਹੜੇ ਜਾਨਵਰ ਹੈਗੇ ਨੇ ਉਹ ਅਸੀਂ ਜਨਾਬ ਤੁਹਾਨੂੰ ਦਿਖਾ ਰਹੇ ਜੇ ਇਹ ਵੇਖੋ ਇਹ ਜਾਨਵਰ ਜੇ ਰੇਟ ਸ਼ੇਟ ਵੀ ਅਸੀਂ ਪੁੱਛਦੇ ਹਾਂ ਇਹ ਵਛੇਰੀ ਦਾ ਵੀਰ ਜੀ ਕਿੰਨੇ ਪੈਸੇ ਜਾਂਦੇ ਵਛੇਰੀ ਦੇ ਇੱਧਰ ਕਿੰਨੇ ਪੈਸੇ ਜੇ ਵਛੇਰੇ ਦੇ 65,000 ਰੁਪਈਆ ਅਤੇ ਆਹ ਜਿਹੜੀ ਤੇਰੇ ਅੱਗੇ ਸਾਵੀ ਆਹ ਸਾਵੀ ਆਹੋ 70 ਇਹਦੇ 60,000 ਲਓ ਜੀ ਇਹਦਾ 60,000 ਰੁਪਈਆ ਜੇ ਲਓ ਜੀ ਇਹਦਾ 60,000 ਜੇ ਰੇੜੇ ਰੂੜੇ 'ਚ ਲੱਗੀ ਹੋਈ ਹੈ ਗਰੰਟੀ ਵਾਲਾ ਮਾਲ ਕਹਿੰਦੇ ਜੀ ਗਰੰਟੀ ਹਰ ਕਿਸਮ ਦੀ ਗਰੰਟੀ ਹੈ ਕੋਈ ਅੜੀ ਉੜੀ ਵਾਲਾ ਨੀ ਉਹ ਪੂਛਲ ਖਿੱਚ ਕੇ ਖੜਾ ਤੇ ਜੇ ਪੂਛਲ ਖਿੱਚੀ ਹੋਵੇ ਤਾਂ ਲੱਤ ਬਾਹਰ ਕੱਢ ਮਾਰੇ ਆ ਬਿਲਕੁਲ ਸਹੀ ਸਾਊ ਹੈਗੀ ਹੈ ਤੇ ਲਓ ਜਨਾਬ ਅਸੀਂ ਇਹਦਾ ਟੋਰਾ ਹੀ ਵਿਖਾਣਾ ਟੋਰ ਕੇ ਵਿਖਾ ਦੇਣਾ ਲਓ ਜੀ 60,000 ਰੁਪਈਆ ਕਿਆ ਬਾਤ ਹੈ ਸ਼ੂਟਰ ਸਿਰਫ ਜਨਾਬ ਇੱਕ ਪਾਸੋਂ ਇਹਦੀ ਢਾਕ ਥੋੜ੍ਹੀ ਜਿਹੀ ਬੈਠੀ ਹੋਈ ਹੈ ਬਾਕੀ ਜਿਹੜਾ ਨਾ ਇਹਦੇ ਹੱਥ ਪੈਰ ਸਾਫ਼ ਹੈਗੇ ਨੇ ਜੇਕਰ ਤੁਸੀਂ ਫੇਰੀ ਫੂਰੀ ਵਾਸਤੇ ਜਾਂ ਕੋਈ ਰੋਜ਼ੀ ਰੋਜ਼ੀ ਵਾਸਤੇ ਲੈਣਾ ਚਾਹੁੰਦੇ ਤੇ ਤੇ ਜਨਾਬ ਤੁਸੀਂ ਇੱਥੇ ਆ ਸਕਦੇ ਜੇ ਆ ਕੇ ਪਠਾਨ ਨਾਲ ਰਾਬਤਾ ਕਾਇਮ ਕਰ ਸਕਦੇ ਜੇ ਤੇ ਮਜ਼ੀਦ 60 ਜੋ ਵੀ ਇਹਦੇ 'ਚ ਮਜ਼ੀਦ ਕਮੀ ਪੇਸ਼ੀ ਹੋ ਜਾਏਗੀ ਅਤੇ ਨੰਬਰ ਦੱਸ ਆਪਣਾ ਦੱਸੋ ਯਾਰ 0300 ਹਾਂ 620 90 90 50 ਅਤੇ ਨਾਮ ਤੇਰਾ ਅਮਜਦ ਲਓ ਜੀ ਅਮਜਦ ਭਾਈ ਕੋਲੇ ਜਨਾਬ ਇਹ ਹੈਗੀ ਜੇ ਘੋੜੀ 60,000 ਰੁਪਈਏ ਦੀ ਤੇ ਫੌਰੀ ਤੁਸੀਂ ਰਾਬਤਾ ਕਰ ਸਕਦੇ ਜੇ ਤੇ ਇਹ ਜਨਾਬ ਕਿੰਨੇ ਪੈਸੇ ਜੇ ਇਹਦਾ ਵੀ 60,000 ਰੁਪਈਆ ਅੱਛਾ ਅੱਛਾ ਬਛੇਰਾ 6-7 ਮਹੀਨੇ ਦਾ ਅਸੀਂ ਥੋੜ੍ਹਾ ਜਿਹਾ ਉਹਦੇ ਪਰਲੇ ਪਾਸੇ ਨਹੀਂ ਤਰ੍ਹਾਂ ਲਓ ਜੀ ਬਛੇਰਾ ਹੈਗਾ ਜੇ ਬੰਨਣ ਵਾਲੀ ਚੀਜ਼ ਹੈ ਤੇ 60,000 ਰੁਪਇਆ 60,000 ਰੁਪਇਆ ਜਨਾਬ ਇਹਦੇ ਵੀ ਭਾਈ ਉਰੇ ਮੰਗਦੇ ਪਏ ਨੇ ਅਤੇ ਜੇਕਰ ਕੋਈ ਸ਼ੌਕੀਨ ਹਜ਼ਰਾਤ ਕੋਈ ਵੇਖਦਾ ਪਿਆ ਉਹ ਚੰਨ ਵੇਖਦਾ ਪਿਆ ਤੇ ਉਹ ਕਾਇਮ ਕਰ ਸਕਦੇ ਨੇ ਉਹ ਕੀ ਹਾਲ ਹੈ ਖਾਨ ਭਾਈ ਠੀਕ ਠਾਕ ਹੋ ਆ ਡੱਬੀ ਤੇਰੀ ਹੈ ਅੱਛਾ ਅਤੇ ਲਓ ਜਨਾਬ ਅਮਜਦ ਕੋਲੇ ਬਛੇਰਾ ਹੈਗਾ ਜੇ ਨੰਬਰ ਤੁਹਾਡੇ ਕੋਲੇ ਆ ਗਿਆ ਜਨਾਬ ਅਤੇ ਮਾਸ਼ਾਅੱਲਾ ਵੇਖੋ ਸਾਰੇ ਦੋਸਤ ਜਿਹੜੇ ਨੇ ਖੜੋਤੇ ਹੋਏ ਨੇ ਸ਼ੌਕੀਨ ਹਜ਼ਰਾਤ ਘੋੜਿਆਂ ਦੇ ਵੀ ਅਤੇ ਲਓ ਜਨਾਬ ਮਾਸ਼ਾਅੱਲਾ ਅੱਗੇ ਵਧ ਰਹੇ ਹਾਂ ਜੀ ਅਤੇ ਇਹ ਬਛੇਰੀ ਤੁਹਾਨੂੰ ਆਉਣਾ ਜੇ ਡੱਬੀ ਇਹ ਡੱਬੀ ਬਛੇਰੀ ਖੜੀ ਜੀ ਅਸਲਾਮ ਵਾਲੇਕੁਮ ਠੀਕ ਠਾਕ ਹੋ ਆ ਕਿਤਨੇ ਪੈਸੇ ਇਸਕਾ ਹਾਂ ਇੱਧਰ ਹੋ ਜਾ ਚੰਨ ਇੱਧਰ ਤੋਂ ਜਾ ਹੋਏ ਹੋਏ 75,000 ਰੁਪਈਆ ਚਲੋ ਠੀਕ ਹੈ ਹੁਣ ਕਿੱਥੇ ਮੁੰਡਾ ਤੇਰਾ ਉਹ ਠੀਕ ਹੈ ਉੱਥੇ ਹੈਗਾ ਹੁਣ ਨੰਬਰ ਫਿਰ ਮੈਂ ਕੀ ਕਰਾਂ ਮੇਰਾ ਤਾਂ ਮੋਬਾਈਲ ਹੈਗਾ ਚਲੋ ਜਨਾਬ ਤੁਸੀਂ ਮੇਰਾ ਨੰਬਰ ਹੀ ਲੈ ਲਓ 0334-4155-962 ਅਤੇ ਫਿਰ ਮੈਂ ਇਹਦੇ ਨਾਲ ਰਾਬਤਾ ਕਾਇਮ ਕਰ ਲਾਂਗਾ 75,000 ਰੁਪਏ ਦੀ ਬਛੇਰੀ ਜੇ ਅਤੇ ਡੱਬੀ ਬਛੇਰੀ ਤੋਂ ਉਮਰ ਕਿੰਨੀ ਹੋ ਗਈ ਖੀਰੀ ਹੈ ਬਿਲਕੁਲ ਠੀਕ ਹੈ ਲਓ ਜੀ ਬਿਲਕੁਲ ਖੀਰੀ ਹੈਗੀ ਜੀ ਅਤੇ ਲਓ ਜਨਾਬ ਤੁਹਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੀ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਅਤੇ ਇਨਸ਼ਾਅੱਲਾ ਤਾਲਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਜੀ ਅੱਲਾ ਹਾਫਿਜ਼ ਬਤਾਓ ਆਪਣਾ ਨਾਮ ਬਤਾਓ ਨੂਰ ਮੁਹੰਮਦ ਕੌਣ ਕੌਣ ਸੀ ਮੰਡੀ ਕਰਦੇ ਹੋ ਮੰਡੀ ਤੋਂ ਪਿਸ਼ਾਵਰ ਅਬ ਕਾਫੀ ਮਾਲ ਆਉਣਾ ਸ਼ੁਰੂ ਹੋ ਗਿਆ ਜਾਂ ਕਮ ਗਿਆ ਕਾਫੀ ਮਾਲ ਆਤਾ ਹੈ ਉਹ ਬਾਰਡਰ ਖੁੱਲ ਗਿਆ ਪਰਲਾ ਅੱਛਾ ਬਾਰਡਰ ਖੁੱਲ ਹੈ ਬਹੁਤ ਮਾਲ ਆਤਾ ਹੈ ਅਭੀ ਇਧਰ ਸੇ ਕਿਤਨੇ ਖਰੀਦਾ ਮੈਂ ਤੋ ਇਧਰ ਤਕਰੀਬਨ 8 ਲਿਏ 8 ਦਾਣਾ ਲੈ ਲਿਆ ਦੋ ਔਰ ਲੇਗਾ ਗਾਜੀ ਬਰਾਬਰ ਹੋ ਜਾਏ ਚਲੋ ਠੀਕ ਲਓ ਜਨਾਬ ਮਾਸ਼ਾਅੱਲਾ ਪਿਸ਼ਾਵਰ ਤੋਂ ਆਏ ਨੇ ਜਨਾਬ ਤੇ ਉੱਪਰਲੀ ਬਛੇਰੀ ਵੀ ਤੇਰੀ ਹੈ ਉਹ ਵਾਲੀ ਉਹ ਕਿਤਨੇ ਕਾ